ਫਾਜ਼ਿਲਕਾ ਦੇ ਇੱਕ ਪਿੰਡ ਦੇ ਵਿੱਚ ਪੰਚਾਇਤੀ ਜ਼ਮੀਨ ਦੇ ਪਲਾਟਾਂ ਦੀ ਵੰਡ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਜਿਸ ਤੋਂ ਬਾਅਦ ਪਿੰਡ ਵਾਸੀਆਂ ਦੇ ਵੱਲੋਂ ਥਾਣਾ ਸਦਰ ਫਾਜ਼ਿਲਕਾ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਤੇ ਪਿੰਡ ਵਾਸੀਆਂ ਨੇ ਦੱਸਿਆ ਕਿ 23 ਅਪ੍ਰੈਲ 2022 ਨੂੰ ਪਿੰਡ ਦੇ ਸਰਪੰਚ ਗੁਰਮੀਤ ਸਿੰਘ ਨੇ ਪਿੰਡ ਦੇ ਕੁਝ ਲੋਕਾਂ ਨੂੰ ਪਲਾਟ ਵੰਡੇ ਸਨ। ਉਹਨਾਂ ਕਿਹਾ ਕਿ ਇਹ ਪਲਾਟ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਿਕ ਗਰੀਬ ਅਤੇ ਬੇਘਰੇ ਲੋਕਾਂ ਦੇ ਲਈ ਸਨ, ਪਰ ਸਰਪੰਚ ਨੇ ਇਹ ਪਲਾਟ ਰਹੀਸਾਂ ਨੂੰ ਵੰਡ ਦਿੱਤੇ। ਇਸ ਬਾਰੇ ਜਦੋਂ ਉਹ ਸਰਪੰਚ ਦੇ ਨਾਲ ਗੱਲਬਾਤ ਕਰਨ ਗਏ ਤਾਂ ਉੱਥੇ ਮੌਜੂਦ ਪਿੰਡ ਨਵਾਂ ਕਾਮਾਵਾਲੀ ਦੇ ਸਰਪੰਚ ਮਨਦੀਪ ਸਿੰਘ ਨੇ ਇੱਕ ਔਰਤ ਨੂੰ ਥੱਪੜ ਮਾਰਿਆ ਅਤੇ ਧੱਕਾ ਮੁੱਕੀ ਤੇ ਬਦਸਲੂਕੀ ਵੀ ਕੀਤੀ। ਉਹਨਾਂ ਕਿਹਾ ਕਿ ਜਦੋਂ ਇਸ ਬਾਰੇ ਉਹਨਾਂ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਤਾਂ ਪੁਲਿਸ ਦੇ ਵੱਲੋਂ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਬਾਅਦ ਤੋਂ ਪਲਾਟ ਵੰਡੇ ਗਏ ਸੀ ਸਾਡੇ ਗੁਰਮੀਤ ਸਰਪੰਚ ਨੇ, ਅਤੇ ਅਸੀਂ ਆਪਣਾ ਹੱਕ ਲੈਣ ਗਏ ਉੱਥੇ ਉੱਥੇ ਗਏ ਅਤੇ ਉੱਥੇ ਜਾ ਕੇ ਮੇਰੇ ਪਲਾਟ ਵੀ ਕਹਿੰਦੇ ਬੈਠ ਜਾਓ ਬੈਠੇ ਉੱਥੇ, ਮੇਰੇ ਭਰਾ ਨੂੰ ਵੀ ਦਿੱਤਾ ਸੀ ਪਲਾਟ ਉਹਨਾਂ ਨੇ, ਬਾਕੀ ਸਾਰਿਆਂ ਨੂੰ ਵੀ ਦਿੱਤਾ ਸੀ, ਅਤੇ ਬਾਕੀ ਮੇਰੇ ਨਾਂ ਨਹੀਂ ਆਇਆ। ਜਦੋਂ ਮੈਂ ਮੰਗਿਆ ਤਾਂ ਉਹਨੇ ਬਾਹਰ ਦਾ ਸਰਪੰਚ ਸੀ ਕਾਵਾਂ ਵਾਲੇ ਦਾ, ਉਹਨੇ ਮੇਰੇ ਹੱਥ ਬਾਹਰ ਫੜ ਕੇ ਮੇਰੇ ਦਰਗਾਹ ਵਿੱਚ ਚਪੇਟ ਮਾਰੀ ਗਈ। ਚਪੇਟ ਮਾਰ ਕੇ ਫਿਰ ਸਰਪੰਚ ਵੱਲ ਗਿਆ, ਉੱਧਰ ਤੋਂ ਡਾਂਗਾ ਡਾਂਗੀ ਲੈ ਕੇ 2-4-10 ਬੰਦੇ ਹੋਰ ਵੀ ਸੀ ਉਹਨਾਂ ਨਾਲ, ਬਹੁਤ ਬੰਦੇ ਸੀ ਉਹਨਾਂ ਨਾਲ, ਬਾਹਰ ਦੇ ਬੰਦੇ ਸੀ ਉਹਨਾਂ ਨਾਲ ਆ ਕੇ ਫਿਰ ਉਹ ਮੇਰੇ ਭਰਾ ਨੂੰ ਕੇ ਸਾਈ ਦਿੱਤੀ, ਉਹਨਾਂ ਮਾਰਿਆ ਉਹਨਾਂ ਨੇ ਮੇਰੇ ਭਰਾ ਨੂੰ, ਫਿਰ ਇੱਕ ਮੀਂਹ ਸਰਪੰਚ ਕਹਿੰਦਾ ਇਹਨਾਂ ਨੇ ਮਾਰ ਦਿੱਤਾ। ਫਿਰ ਅਸੀਂ ਆਏ ਥਾਣੇ ਐਮ ਐਲ ਏ ਸਾਹਿਬ ਨੂੰ ਮਿਲੇ, ਉੱਥੇ ਵੀ ਵੱਡੇ ਡੀ ਸੀ ਕੋਲ ਵੀ ਗਏ, ਸਾਰੇ ਪਾਸੇ ਧੱਕਾ ਸਕਦੇ, ਸਾਡਾ ਕੁਛ ਵੀ ਇਨਸਾਫ ਨਹੀਂ, ਨਾ ਸਾਡੀ ਕੋਈ ਕਾਰਵਾਈ, ਹੱਥ ਮੰਗਿਆ ਸੀ ਜਨਾਬ ਬਾਹਰ ਦੇ ਸਰਪੰਚ ਨੇ ਮਾਰਿਆ, ਅਤੇ ਕੁਛ ਵੀ ਨਹੀਂ ਹੋਇਆ ਉਹਨਾਂ ਨੇ ਐਵੇਂ ਮਾਰਿਆ, ਭਰਾ ਨੂੰ ਧੱਕੇ ਵੀ ਦਿੱਤੇ, ਅਤੇ ਦੀਦੀ ਇੱਧਰ ਬੈਠੇ ਆ ਉਹਨਾਂ ਨੂੰ ਵੀ ਧੱਕੇ ਧੁੱਕੇ ਦਿੱਤੇ ਗਏ, ਬਹੁਤ ਲੋਕਾਂ ਨੂੰ ਧੱਕੇ ਦਿੱਤੇ ਆ, ਅੰਡੀਆਂ ਬੈਠੀਆਂ ਨੇ ਉਹਨਾਂ ਨੂੰ ਵੀ ਧੱਕੇ ਦਿੱਤੇ ਗਏ, ਅਤੇ ਬਹੁਤ ਲੋਕ 120 ਪਲਾਟ ਕੱਟਿਆ ਸੀ ਉਹਨਾਂ ਨੇ, ਅਤੇ ਉਹ ਕਹਿੰਦੇ ਸਰਕਾਰੀ ਪੰਜ ਮਰਲੇ ਜਿਹੜੇ ਸਰਕਾਰ ਤਰਫੋਂ ਹੋ ਜਾਂਦੇ ਆ, ਪਰ ਲੇਕਿਨ ਸਰਕਾਰ ਕਹਿੰਦੀ ਅਸੀਂ ਕੋਈ ਨਹੀਂ ਦਿੱਤਾ ਹੈਗਾ, ਅਸੀਂ ਪਰਿਵਾਰੀ ਸੀ ਸਾਰੇ ਉਹਨਾਂ ਨੇ ਨਹੀਂ ਕਿਹਾ ਕੋਈ ਕਾਰਨ ਕਿਹਾ ਨਹੀਂ ਕੋਈ ਵੱਡੇ ਕਾਰਨ ਪੰਜਾਬੀ ਹਾਂ ਹੈਗੇ 50-60 ਬੰਦੇ ਹੈਗੇ ਉਹਨਾਂ ਨੂੰ ਨਹੀਂ ਮਿਲਿਆ, ਕਿਰਾਏ 'ਤੇ ਰਹਿੰਦੇ ਆ ਉਹ ਵਿਚਾਰੇ ਗਰੀਬ, ਜਿੰਨਾ ਕੋਲ ਹੈਗੇ ਆ ਜਿਹੜੇ ਅਫਸਰ ਲੱਗੇ ਉਹਨਾਂ ਨੂੰ ਮਿਲੀ ਜਾਂਦੇ ਪਲਾਟ, 2-2-3-3 ਪਲਾਟ ਮਿਲੇ ਆ ਉਹਨਾਂ ਨੂੰ, ਜਿੱਥੇ ਵੀ ਬੈਠੇ ਕਈਆਂ ਨੂੰ ਮਿਲੇ ਉਹ ਵੀ ਮੇਰੇ ਨਾਲ ਲੱਗੇ ਆ, ਸਰਪੰਚ ਨੇ ਖੁਦ ਬੁਲਾ ਕੇ ਮਰਵਾਇਆ, ਉਹ ਕਹਿੰਦੇ ਮਾਰੋ ਇਨਸਾਫ ਮਿਲਣਾ ਚਾਹੀਦਾ ਮੈਨੂੰ। ਇਹ ਮਾਮਲਾ ਹੈਗਾ ਜੀ 23-4-2022 ਦਾ, ਗੁਰਮੀਤ ਪਿੰਡ ਬਾਦੇ ਦੇ ਗੁਰਮੀਤ ਸਰਪੰਚ ਨੇ ਕੁਝ ਪਲਾਟ ਸੀਗੇ ਵੰਡੇ ਸੀ ਜਿਹੜੇ ਕਿ ਪੰਜਾਬ ਸਰਕਾਰ ਵੱਲੋਂ ਮਨਜ਼ੂਰੀ ਹੈ, ਜਿਹੜੇ ਬੇਘਰੇ ਜਿਨ੍ਹਾਂ ਦੇ ਕੋਈ ਘਰ ਨਹੀਂ ਉਹਨਾਂ ਦੀ ਸਕੀਮ ਸੀਗੀ ਜੀ, ਜਦੋਂ ਕਿ ਸਾਨੂੰ ਪਤਾ ਲੱਗਿਆ ਪਲਾਟ ਵੰਡੇ ਜਾ ਰਹੇ ਜੀ, ਪਿੰਡ ਵਾਲੇ ਇਕੱਠੇ ਹੋਏ ਆ ਉੱਥੇ ਗਏ ਆ, ਜਦੋਂ ਉੱਥੇ ਦੇਖਿਆ ਗਿਆ ਕਿ ਜਿਹੜੇ ਜਿਨ੍ਹਾਂ ਨੂੰ ਲੋੜ ਨਹੀਂ ਅਮੀਰ ਘਰ ਜਿਨ੍ਹਾਂ ਦੇ ਕੋਠੀਆਂ ਮਕਾਨ ਨੌਕਰੀਆਂ ਲੱਗੇ ਹੋਏ ਜੀ, ਉਹਨਾਂ ਨੂੰ ਇਹ ਪਲਾਟ ਵੇਚੇ ਜਾ ਰਹੇ ਸੀ ਗੁਰਮੀਤ ਸਰਪੰਚ ਵੱਲੋਂ, ਉਹਨਾਂ ਨੂੰ ਆਪਦੇ ਕੁਝ ਬੰਦੇ ਬੁਲਾ ਕੇ ਨਜਾਇਜ਼ ਕਬਜ਼ਾ ਕਰਵਾ ਰਹੇ ਸੀ, ਜਿਨ੍ਹਾਂ ਨੂੰ ਜਿਨ੍ਹਾਂ ਨੇ ਜਿਨ੍ਹਾਂ ਕੋਲ ਸਰਪੰਚ ਸਾਹਿਬ ਨੇ ਪੈਸੇ ਲਏ ਸੀਗੇ ਪੈਸੇ ਲੈ ਕੇ, ਉਹ ਬੰਦਿਆਂ ਨੂੰ ਇਹਨਾਂ ਨੇ ਪਲਾਟ ਦਿੱਤੇ ਹੈ ਜਿਹੜੇ ਕਿ ਪਲਾਟ ਮਨਜ਼ੂਰ ਨਹੀਂ ਸੀਗੇ ਇਹਨਾਂ ਦੇ, ਕੋਈ ਇਹਨਾਂ ਦੀ ਕੋਈ ਮਨਜ਼ੂਰੀ ਨਹੀਂ ਹੈਗੀ, ਕੋਈ ਇਹਨਾਂ ਦੀ ਕਾਰਨ ਉਹ ਨਹੀਂ ਹੈਗਾ, ਇਹਨਾਂ ਦਾ ਕੋਈ ਪ੍ਰੂਫ, ਇਹਨਾਂ ਦਾ ਸਿਰਫ ਪ੍ਰੂਫ ਹੈਗਾ ਜੀ ਜਿਨ੍ਹਾਂ ਜਿਨ੍ਹਾਂ ਨੇ ਇਹਨੇ ਵੇਚਿਆ ਜੀ ਉਹਨਾਂ ਦੇ ਇਹਨਾਂ ਨੇ ਨਾਮ ਵਿੱਚ ਦਰਜ ਕਰਾ ਰੱਖਿਆ, ਫਿਰ ਦਰਜ ਕਰਾਉਣ ਤੋਂ ਬਾਅਦ ਉਹਦੇ ਮਾਂ ਪਿਓ ਨੂੰ ਦਬਕਾਇਆ ਜਾ ਰਿਹਾ, ਪਸਲਾ ਕੀਤਾ ਤਾਂ ਤੁਹਾਡੇ ਦੇ ਕਾਨੂੰਨ ਅਸੀਂ ਧੱਕਾ ਕਰਾਂਗੇ ਤੁਹਾਨੂੰ ਕੁੱਟਮਾਰ ਕਰਾਂਗੇ, ਪੁਲਿਸ ਅਧਿਕਾਰੀ ਨਾਲ ਜੇ 4-5 ਦਾ ਹੋ ਗਏ ਸਾਡੀ ਕੋਈ ਸੁਣਾਈ ਨਹੀਂ ਹੋ ਰਹੀ, ਕੋਈ ਸਾਡੀ ਸੁਣਾਈ ਨਹੀਂ ਕਰ ਰਹੇ, ਕੋਈ ਕੁਝ ਨਹੀਂ, ਬਸ ਇਹੀ ਹੈਗਾ ਜੀ ਕਰਨੇ ਆ ਕਰਾਉਣੇ ਆ, ਹੁਣ ਸਾਨੂੰ ਸ਼ਾਸਨ ਦਿੱਤਾ ਗਿਆ ਕਿ ਅਸੀਂ ਕਾਰਵਾਈ ਕਰਾਂਗੇ ਬਣਦੀ ਕਾਰਵਾਈ ਅਸੀਂ ਕਰਾਂਗੇ, ਪਰ ਹੋ ਨਹੀਂ ਰਹੀ, ਕੋਈ ਸਾਡੀ ਸੁਣਾਈ ਕਰ ਨਹੀਂ ਰਿਹਾ, ਬਸ 2 ਮੁਲਾਜ਼ਮ ਆਏ ਜੀ ਕਹਿ ਕੇ ਚਲੇ ਗਏ, ਸਾਡੀ ਕੋਈ ਕਿਸੇ ਤਰ੍ਹਾਂ ਦੀ ਸੁਣਾਈ ਨਹੀਂ, ਪ੍ਰਸ਼ਾਸਨ ਕੋਲ ਇਹ ਚਾਹੁੰਦੇ ਹਾਂ ਕਿ ਸਾਡੀ ਜਿਹੜੀ ਹੀ ਸਾਡੇ ਨਾਲ ਜਿਹੜਾ ਦਰਜ ਕੀਤੀ ਹੋਈ ਹੈ ਉਹਦੇ 'ਤੇ ਬਣਦੀ ਕਾਰਵਾਈ ਪਰਚਾ ਦਰਜ। ਇਸ ਮੌਕੇ ਹਲਕਾ ਵਿਧਾਇਕ ਨੇ ਰਾਏਕੋਟ ਦੀਆਂ ਦਾਣਾ ਮੰਡੀਆਂ ਵਿੱਚ ਕੱਲ੍ਹ ਤੋਂ ਲਿਫਟਿੰਗ ਦਾ ਕੰਮ ਤੇਜ਼ ਕਰਵਾਉਣ ਦਾ ਵਿਸ਼ਵਾਸ ਦਵਾਇਆ, ਜਿਸ ਤੋਂ ਬਾਅਦ ਸ਼ਾਂਤ ਹੋਏ ਮਜ਼ਦੂਰਾਂ ਨੇ ਆਪਣਾ ਧਰਨਾ ਖਤਮ ਕਰ ਦਿੱਤਾ ਅਤੇ ਮੰਡੀ ਦੇ ਗੇਟਾਂ ਨੂੰ ਖੋਲ੍ਹਿਆ। ਉੱਥੇ ਹੀ ਉਹਨਾਂ ਹਲਕਾ ਵਿਧਾਇਕ ਹਾਕਮ ਸਿੰਘ ਠੇਕੇਦਾਰ ਨੂੰ ਆਪਣਾ ਇੱਕ ਮੰਗ ਪੱਤਰ ਸੌਂਪਿਆ। ਇਸ ਮੌਕੇ ਮਜ਼ਦੂਰ ਆਗੂਆਂ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਪ੍ਰਸ਼ਾਸਨ ਨੇ 24 ਘੰਟਿਆਂ ਦੇ ਵਿੱਚ ਲਿਫਟਿੰਗ ਦਾ ਕੰਮ ਤੇਜ਼ ਨਹੀਂ ਕੀਤਾ ਤਾਂ ਉਹ ਦਾਣਾ ਮੰਡੀਆਂ ਨੂੰ ਛੱਡ ਕੇ ਆਪੋ ਆਪਣੇ ਘਰਾਂ ਨੂੰ ਚੱਲ ਜਾਣਗੇ। ਉਸ ਤੋਂ ਬਾਅਦ ਮੰਡੀਆਂ ਵਿੱਚ ਪਈਆਂ ਕਣਕ ਦੀਆਂ ਬੋਰੀਆਂ ਦੀ ਜ਼ਿੰਮੇਵਾਰੀ ਸਰਕਾਰ, ਪ੍ਰਸ਼ਾਸਨ ਅਤੇ ਖਰੀਦ ਏਜੰਸੀਆਂ ਦੀ ਹੋਵੇਗੀ। ਇਸ ਬਾਰੇ ਕੀ ਕਹਿਣਾ ਸੀ ਵਿਧਾਇਕ ਦਾ, ਆਓ ਸੁਣਦੇ ਹਾਂ। ਜੇ ਤੁਸੀਂ ਐਕਸਪ੍ਰੈਸ ਐਂਟਰੀ ਦੇ ਵਿੱਚ ਜਾਂ PNP ਦੇ ਥਰੂ ਜਾਂ LMIA ਦੇ ਥਰੂ ਜਾਂ ਜੋਬ ਆਫਰ ਦੇ ਥਰੂ ਜਾ ਕੇ ਪੱਕੇ ਤੌਰ 'ਤੇ ਸੈਟਲ ਹੋਣਾ ਚਾਹੁੰਦੇ ਹੋ, ਜਾਂ ਤੁਸੀਂ ਸਟੂਡੈਂਟ ਵੀਜ਼ਾ 'ਤੇ ਕੈਨੇਡਾ ਜਾਂ ਆਸਟ੍ਰੇਲੀਆ ਸਕੋਲਰਸ਼ਿਪ ਦੇ ਨਾਲ ਘੱਟ ਫੀਸ 'ਤੇ ਤੁਹਾਡੇ ਐਜੂਕੇਸ਼ਨ 'ਚ ਗੈਪ ਹੈ ਅਤੇ ਤੁਸੀਂ ਪੜ੍ਹ ਕੇ
जे सैटल होने का सपना पूरा करना चाहते हो तो हेठ लिखे नंबर से कॉल कर सकते हो। सत श्री अकाल। हर खबर की ताज़ा अपडेट जानने के लिए सारे यूट्यूब चैनल सबसक्राइब करो और फेसबुक पेज लाइक शेयर करो।